ਇੰਨੀ ਸਰਦੀ ਆ ਬੱਕਰੀਆਂ ਪੱਠੇ ਹੀ ਨਹੀਂ ਖਾਂਦੀਆਂ ਪਈਆਂ ਸਰਦੀ ਦੇ ਵਿੱਚ ਉਹਨਾਂ ਨੂੰ ਪੱਠੇ ਵੀ ਠੰਡੇ ਲੱਗਦੇ ਪਏ ਹੈ ਬੂਥਣਿਆ ਇਹਦੇ ਮੂੰਹ ਕੁੱਤੇ ਵਾਲਾ ਚਾਇਲ ਜਾਣਾ ਤੈਨੂੰ ਵੱਡੂ ਆਮੋ ਵੱਡੂ ਆਮੋ ਯਾਰ ਰਮਜ਼ੀ ਬੜਾ ਕੋਈ ਚੰਗਾ ਪੀਸ ਮਾਰਿਆ ਉਹ ਕਿਹੜਾ ਪੀਸ ਆ ਜ਼ਲੀਲ ਤੇ ਬੱਚੇ ਆ ਇਹ ਤੇ ਮੇਰੀ ਚਾਦਰ ਪਿਛਲੇ ਸਾਲ ਵਾਲੀ ਹੈ ਤੇ ਜੈਕਟ ਵੀ ਪਿਛਲੇ ਸਾਲ ਵਾਲੀ ਹੈ ਉਹ ਗੁੱਗੂਆ ਮੈਂ ਤੇਰੀ ਲੋਈ ਦੀ ਗੱਲ ਨਹੀਂ ਕਰਿੰਦਾ ਪਿਆ ਮੈਂ ਤੇਰੀ ਸਵਾਣੀ ਦੀ ਗੱਲ ਕਰਿੰਦਾ ਪਿਆ ਬੰਦਾ ਯਾਹ ਨੂੰ ਵੇਂਦਾ ਨਾ ਤੇ ਬੰਦਾ ਇਮਾਨ ਵਿੱਚ ਨਿਕਲ ਜਾਂਦਾ ਚਾਹੋ ਇਹ ਦਲੀਲ ਤੇ ਬੱਚੇ ਆ ਉਹ ਮੇਰੀ ਸਵਾਣੀ ਦੇ ਬਾਰੇ ਚ ਗੱਲ ਕੀਤੀ ਜਾਂਦਾ ਓ ਤੂੰ ਮੇਰਾ ਯਾਰ ਨਾ ਹੁੰਦਾ ਤੇ ਮੈਂ ਗਸੋ ਨੂੰ ਮਾਰ ਕੇ ਨਾ ਤੇਰੇ ਇੱਥੇ ਖੁੰਨੇ ਸੁਜਾ ਦੇਣੇ ਆ ਕੁੱਤੇ ਦੇ ਫਾਲਾ ਤੈਨੂੰ ਸ਼ਰਮ ਨਹੀਂ ਆਉਂਦੀ ਪਈ ਆਦੀ ਵਰਜਾਈ ਦੇ ਬਾਰੇ ਚ ਗੱਲ ਕੀਤੀ ਜਾਂਦਾ ਉਹਨੂੰ ਪੀਸ ਆਖੀ ਜਾਂਦਾ ਓ ਚਗਲ ਜਹਾਨ ਦੀ ਆ ਮੈਂ ਇਕੱਲਾ ਨਹੀਂ ਪੂਰਾ ਪਿੰਡਾਂ ਦਾ ਪੂਰਾ ਪਿੰਡਾਂ ਦਾ ਪੂਰਾ ਪਿੰਡ ਲਾਂਤੀ ਹੋ ਗਿਆ ਮੈਂ ਨਾ ਉਹਨਾਂ ਦੇ ਨਾਲ ਨਾਲ ਮੈਂ ਵੀ ਹੋ ਗਿਆ ਤੂੰ ਐਡੀ ਸੋਹਣੀ ਨਾ ਮਾਰਿਆ ਤੇ ਨਾ ਲੋਕੀ ਗੱਲਾਂ ਕਰਨਾ ਉਹ ਸੋਹਣੀਆਂ ਸਾਰਿਆਂ ਦੇ ਘਰਾਂ ਵਿੱਚ ਹਨ ਮੇਰੇ ਇੱਕ ਦੇ ਘਰ 'ਚ ਨਾ ਸੋਹਣੀ ਹੈ ਸਾਡੀਆਂ ਵੀ ਸਵਾਣੀਆਂ ਹਨ ਲੇਕਿਨ ਤੇਰੀ ਸਵਾਣੀ ਤਰ੍ਹਾਂ ਨਹੀਂ ਲੁਸ਼ਕ ਪੁਸ਼ਕ ਰਹਿੰਦੀ ਹੈ 24 ਘੰਟੇ ਬਾਣ ਜੋੜ ਕੇ ਰਾਣਾ ਤੇ ਸਰਦੇ ਕਿਉਂ ਇਹਨੇ ਤੁਸੀਂ ਆਦੀਆਂ ਸਵਾਣੀਆਂ ਨਹੀਂ ਬਣਾ ਸਮਾਰ ਲਿਆ ਕੀਤਾ ਕਰੋ ਅਸੀਂ ਕੋ ਤੇਰੇ ਤੇਰਾ ਬਗੈਰਤ ਹੈ ਓਏ ਅਸੀਂ ਤਾਂ ਆਪਦੀ ਸਵਾਣੀਆਂ ਦੇ ਸਿਰ ਤੋਂ ਕੱਪੜਾ ਹੀ ਨਹੀਂ ਲਾਣ ਦਿੰਦੇ ਜਾ ਦਫਾ ਹੋ ਜਾ ਮੇਰੇ ਕੋਲ ਸ਼ਕਲ ਗੁੰਮ ਕਰ ਲਾ ਰਹੇ ਤਾਂ ਮੈਂ ਤੇਰੀ ਸ਼ਕਲ ਫੇ ਦੇਣੀ ਹੈ ਦਲੀਲ ਤੇ ਬੱਚੇ ਆ ਬੜਾ ਕੋ ਲਾਂਤੀ ਕਿਸਮ ਦਾ ਇਨਸਾਨ ਹੈ ਮੇਰੀ ਸਵਾਣੀ ਦੀ ਬਦਖੋਈ ਮੇਰੇ ਮੂੰਹ ਦੇ ਉੱਤੇ ਕੀਤੀ ਜਾਣਾ ਓਏ ਮੈਂ ਤੁਹਾਡੀ ਤਾਰੀਫ ਕੀਤੀ ਹੈ ਤੂੰ ਐਵੇਂ ਮਹਿਸੂਸ ਕਰ ਗਿਆ ਯਾਰ ਮਹਿਸੂਸ ਕਰ ਗਿਆ ਚੱਲ ਦਫਾ ਹੋ ਜਾ ਨਹੀਂ ਤਾਂ ਮੈਂ ਗਸੋਨ ਮਾਰ ਦੇਸਾਂ ਮੈਂ ਵੀ ਮਾਰ ਦੇਸਾਂ ਮਾਰ ਦੇਸ ਇੱਕ ਤਾਂ ਮੇਰੀ ਸਵਾਣੀ ਦੇ ਬਾਰੇ ਚ ਗੱਲਾਂ ਗਲਤ ਕੀਤੀ ਜਾਣਾ ਹੈ ਕੋ ਤੂੰ ਮੈਨੂੰ ਆਂਦਾ ਪੈ ਗਸੋਨ ਮਾਰ ਦੇਸਾਂ ਓਏ ਚੀਜ਼ ਹੀ ਐਸੀ ਹੈ ਗੱਲਾਂ ਕਰਨੀ ਸਾਡੀ ਮਜਬੂਰੀ ਬਣ ਜਾਂਦੀ ਦਫਾ ਹੋ ਜਾ ਮੈਂ ਤੈਨੂੰ ਆਖੀ ਜਾਣਾ ਤੇ ਮੇਰੀ ਸਵਾਣੀ ਵੀ ਸਿਰ ਤੇ ਛਿਪਰਾ ਨਹੀਂ ਕਰਦੀ ਵਾਲ ਖੋਲੀ ਬੰਦੀ ਹੁੰਦੀ ਹੈ ਤੇ ਲੋਕਾਂ ਤਾਂ ਗੱਲਾਂ ਕਰਨੀਆਂ ਹੀ ਕਰਨੀਆਂ ਨੇ ਅੱਜ ਮੈਂ ਕਰ ਲੈਣਾ ਗੱਲ ਇਹਦੇ ਨਾਲ ਓਏ ਅੰਮਾ ਅੰਮਾ छिपरा नहीं कर दी सारा पिंड मैनू गल्लां करदा जागा करदा ਗੱਲਾਂ ਤਾਂ ਜਾਗਾ ਲੋਕਾਂ ਵਾਸ ਨਾਲ ਕਰਨੀਆਂ ਨੇ ਜਦੋਂ ਦੀ ਜੱਟੀ ਪਰਨੀਜ ਕੀ ਆਈ ਹੈ ਨਾ ਸ਼ਹਿਰ ਵਿੱਚੋਂ ਉਦੋਂ ਦੀ ਤੇਰੇ ਰਣ ਖਰਾਬ ਹੋ ਗਈ ਉਦੋਂ ਦੀ ਤੂੰ ਲਾ ਕੇ ਜੁੱਟੇ ਖਲਾਰ ਕੇ ਟੁੱਟਦੀ ਏ ਉਹ ਜੱਟੀ ਤੇ ਸ਼ਹਿਰ ਵਿੱਚੋਂ ਆਈ ਹੈ ਫੈਸ਼ਨ ਕਰਦੀ ਏ ਇਹਨੂੰ ਕੀ ਲੋੜ ਹੈ ਫੈਸ਼ਨ ਨਾਲ ਕਰਨ ਦੀ ਉਹ ਸਗਵਾ ਉਹਦੇ ਰੀਤ ਕਰਦੀ ਏ ਫੈਸ਼ਨ ਪੁੱਤਰੇ ਗੱਲਾਂ ਤੋਂ ਸਮਝਾਣੀਆਂ ਮੈਂ ਨਹੀਂ ਸਮਝਾਂਦੀ ਜੇ ਮੈਂ ਸਮਝਾਵਾਂ ਨਾ ਤੇ ਮੇਰੀਆਂ ਗੱਲਾਂ ਉਹਨੂੰ ਬੁਰੀਆਂ ਲੱਗਣੀਆਂ ਮੈਂ ਜਾਣਾ ਜੱਟੀ ਦੇ ਘਰੇ ਉਹ ਬੈਠੀ ਹੋਣੀ ਇਸ ਟਾਈਮ ਮੈਂ ਜੱਟੀ ਦੇ ਵੀ ਕੰਨ ਛੇਕ ਕੇ ਆਉਣਾ ਤੇ ਨਾਲ ਆਦੀ ਸਵਾਣੀ ਦੇ ਵੀ ਕੰਨ ਖੋਲ ਕੇ ਆਉਣਾ ਪੁੱਤਰੇ ਕੁੱਕੜ ਆਦੀ ਚੰਗੀ ਹੋਵੇ ਤੇ ਬਿਗਾਨੇ ਘਰ ਜਾ ਕੇ ਅੰਡਾ ਕਿਉਂ ਲਾਵੇ ਆਦੀ ਕੁੱਕੜ ਨੂੰ ਸਮਝਾ ਉਹਨਾਂ ਦੇ ਘਰ ਕਿਉਂ ਜਾਂਦੀ ਤੇਰੀ ਰਾਣੀ ਓਏ ਅੰਮਾ ਹੁਣ ਤੂੰ ਟੈਨਸ਼ਨ ਨਾ ਲਓ ਮੈਂ ਆਦੀ ਕੁੱਕੜ ਨੂੰ ਹੁਣ ਐਸਾ ਸੇਵੇ ਤੇ ਬਹਾਸ ਉਹ ਝੂਠੀ ਬਣਾਈ ਕੋਈ ਨਹੀਂ ਹੈ ਆਦੀ ਰਾਣ ਨੂੰ ਉੱਥੋਂ ਲਿਆ ਕੇ ਜੱਟੇ ਦੇ ਘਰੋਂ ਤੇ ਘਰੇ ਸਮਝਾਵੇਂ ਉਹ ਤੇ ਰਾਤ ਨਾ ਗੱਤੀ ਬਗਾਨੇ ਘਰ ਚ ਬਾ ਠੀਕ ਹੈ ਆ ਜਾ ਮੇਰੇ ਨਾਲ ਚੱਲ ਟੋਰ ਗਾਇਸ ਇਹ ਮੈਂ ਹੂੰ ਸੋਨੀਆ ਜੱਟੀ ਔਰ ਇਹ ਮੇਰੀ ਗਾੜੀ ਹੈ ਲਓ ਜੀ ਆਹ ਖਲੋਤੀ ਸਾਵੇਂ ਗੱਡੀ ਦੇ ਕੋਲ ਟਿਕਟੋਕਾਂ ਬਣਾਉਣ ਦੀ ਖਲੋਤੀ ਹੈ ਜੱਟੀ ਸੁਖਰੀ ਤੁਹਾਡੇ ਨਾਲ ਕੋਈ ਨਾ ਉਹ ਵਿੱਚ ਗੱਡੀ ਦੇ ਨਾਲ ਬੜੀ ਬੈਠੀ ਹੋਵੇ ਚੱਲ ਟੋਰ ਖਬਤਾ ਕਰਨੇ ਆ ਆ ਜੱਟੀ ਮੱਟੀ ਖੱਟੀ ਆ ਆ ਕੱਟੀ ਆ ਇਹ ਕੀ ਗੱਲ ਵੇ ਚਵਲਾ ਜਿਆ ਕੀ ਮੂੰਹ ਮਾਰੀ ਜਾਂਦੇ ਆ ਮੇਰੀ ਸਵਾਣੀ ਕੀ ਰਹੀ ਅਗੂ ਗੱਲਾਂ ਕੀਤੀ ਜਾਂਦੀ ਹੈ ਤੂੰ ਜੇ ਤੇਰੀ ਸਵਾਣੀ ਕਿੱਥੇ ਮੈਨੂੰ ਕੀ ਪਤਾ ਹੈ ਮੇਰੇ ਕੋਲ ਆ ਕੇ ਪੁੱਛਣ ਲੱਗ ਪਏ ਨੀ ਚੱਪ ਕਰਕੇ ਖੜੋ ਨਹੀਂ ਵੱਡੀ ਚਲਾਕ ਨਾ ਮਾਣ ਮੇਰੀ ਨੋ ਤੇਰੇ ਕੋਲ ਆਣ ਕੇ ਬੰਦੀ ਤੇ ਤੇਰੇ ਕੋਲ ਪੁੱਛਣਾ ਅਸੀਂ ਤੇ ਤੇਰੇ ਕੋਲ ਬਹਿ ਬਹਿ ਕੇ ਤੇ ਗੁੱਲ ਹੋਈ ਹੈ ਲੈ ਮੈਂ ਉਹਨੂੰ ਕੀ ਗੁੱਲ ਕੀਤਾ ਹੈਗਾ ਮੈਂ ਤੇ ਉਹਨੂੰ ਜੀਣ ਦਾ ਤਰੀਕਾ ਸਿਖਾਇਆ ਜਿਹੜਾ ਹਾਈ ਲੈਵਲ ਤੇ ਅੱਜ ਕੱਲ ਫੈਸ਼ਨ ਹੀ ਗਿਆ ਉਹ ਤੇਰੇ ਹਾਈ ਲੈਵਲ ਫੈਸ਼ਨ ਦੀ ਐਸੀ ਦੀ ਤੈਸੀ ਮੇਰੀ ਤਾਂ ਸਵਾਣੀ ਦਾ ਬੇੜਾ ਖਰਕ ਕਰ ਛੱਡਿਆ ਹੀ ਨਾ ਨਾਲੇ ਜੇ ਸਾਡੇ ਪਿੰਡ ਦੇ ਛੋਰੇ ਨਾ ਉੱਤੂ ਲਾ ਕੇ ਨਹੀਂ ਟੁਰਦੀਆਂ ਆ ਜਿਹੜਾ ਫੈਸ਼ਨ ਹੈ ਨਾ ਆਦਾ ਉਹ ਆਦੇ ਕੋਲ ਰੱਖ ਸ਼ਹਿਰ ਦੀਆਂ ਛੋਰੇ ਪਿੰਟਾ ਪਾ ਲੈਂਦੀਆਂ ਛੰਟਾ ਪਾ ਲੈਂਦੀਆਂ ਤੇ ਉੱਤੂ ਲਾ ਕੇ ਤੇ ਟੋਰ ਪੰਮ ਦੇਣਾ ਇਹੀ ਕਰਕੇ ਹਾਲਾ ਜੀ ਅੱਜ ਕੱਲ ਦਾ ਸਟਾਈਲ ਹੀ ਗਿਆ ਅਗਰ ਉਹ ਆਪਣੀ ਦੇਸੀ ਜ਼ਿੰਦਗੀ ਜੀਣਾ ਚਾਹੁੰਦੀ ਹੈ ਤੇ ਮੈਨੂੰ ਇਹਦੇ ਚ ਕੀ ਇਤਰਾਜ਼ ਦੇ ਜੀਵੇ ਪਈ ਤੂੰ ਹੁਣ ਜਿਵੇਂ ਦੱਸਿਆ ਤਾਂ ਦੇਸੀ ਤਾਂ ਦਾਦੇ ਫੈਸ਼ਨ ਪੁੱਠਿਆ ਤੁਹਾਨੂੰ ਲਾ ਛੱਡਿਆ ਮੈਂ ਘਰ ਜਾ ਕੇ ਦਾਵਤ ਨਹੀਂ ਸੀ ਦਿੱਤੀ ਹੈਗੀ ਠੀਕ ਹੈ ਨਾ ਅਗਰ ਉਹ ਮੈਨੂੰ ਵੇਖ ਕੇ ਮੇਰੇ ਤੌਰ ਤਰੀਕੇ ਕਰਦੀ ਹੈਗੀ ਤੇ ਇਹਦੇ ਚ ਗੁਨਾਹ ਹੀ ਕੀ ਹੈਗਾ ਤੂੰ ਸ਼ਹਿਰ ਚ ਪਰਨੀ ਕਿ ਇੱਥੇ ਆਈ ਹੈ ਤੇ ਜਦੋਂ ਦੀ ਤੇਰੇ ਕੋਲ ਆਈ ਹੈ ਉਦੋਂ ਦੀ ਉਹ ਖਰਾਬ ਹੋਈ ਹੈ ਤੂੰ ਹੀ ਬੇੜਾ ਖਰਕ ਕੀਤਾ ਹੈ ਦੌਲੇ ਕੋਲ ਪੀਲਾ ਬੱਜੇ ਰੰਗ ਨਾ ਵਟਾਵੇ ਤਾਂ ਸੋਬਤ ਜ਼ਰੂਰ ਲੈ ਲੈਂਦਾ ਹੈ
ਸਕਦਾ।
पहले नंबर ते मेरा ना सुगरी ने सुगरा प्रिंसी सदने आ गए। ओए की औखे औखे ना दसन लग पई है, ओ की गल्ला करदी पई है, मैं ता कोई समझ च नहीं आंदी पई गल। मेनू ए नहीं समझ चंदे पई है कि मैं शहर उठार के आई आगी ते तुसी ए नहीं आखे कि आग बाल के रखिए ते आग सेक लवे ते इथे मजीद मैं ठारी जांदे ने। तेरे नाम आज फूल ना सकता हां शहर आंदी पई सुगात। पुत्रे ता ओ मिसाल बनी खोती है, खोती थाने च वाया ते घर देना गलदी ना ही आई। आई डोंट लाइक खोती। अम्मा हुण ए की पछतो मार गई है। अल्लाह जाने की आ गई खोती दे बारे च कुछ आखे। चलो जो भी आपो दे बारे च आखे सो आजा। ओ मेरे सोने चिट्टे खरोटा सुना गल किथे ते अपनी वदी है यार। ओनु मैं शहरू खुली शॉपिंग करीदा पिया, पिज़्ज़े खवाइंदा पिया, बर्गर खवाइंदा पिया, जिनके साए मड्डी खवाई खला है बड़ी मड्डी। उस्ताद जी ओ इयो टाइम है फल खावण दा। हुण त फल पक्या खला यानी के खावण दा हक हुण बणदा है। हां जी बिल्कुल। ते कोई गल नहीं सुना, मेरे पर उदाल छल टोरी ही काई नहीं यार। ओनु मैं आखा ओ आंदी ओ मैनू दो अखी नहीं भौंदा, निकी अखी वाला शैतान है। ओंदी एडी जुरत ते जुरत ऐसु दा आखा ऐसु। ले भाई ओंदी एडी जुरत, ओंदा मैं ऐसा मक्कू ठपसा सारी जिंदगी याद करदी वसी। उस सिर्फ साडा प्यार वेख्या है, वैर नहीं, असि कुछ दा कुछ कर सकने। अच्छा भाई शौकी तेरा नाम हिली वदी है। हाँ? उन विला के कर लाया इत्थे जेड़ा कट्टा माए खोलना ना सर जिंदगी ओ कट्टा भजना ही नहीं। लायो ना तेरी खातिर तो मेरी जान ही हाजिर है। हयाती अभी के मोट मिनट मार लेट ना कर। मैं हुने गया ठीक है मैं हुने गया। अच्छा मैं तू दस भैया किन्ने खर्चे खुर्चे हो गए सारे। ओ मेरा सरदार खर्चे बड़े हो गए। 84,000 दे पिज़्ज़े खवी गए ते 18,000 दे बर्गर। अच्छा कोई 5,000 दा सूप। नहीं साहे मड्डी कुट्टी उस मुड़ता खर्चे तो होवने मेरा सरदार। कोई गल नहीं खर्चे हो गए सारे खर्चे मैं इत्थे पूरे कर सा। बंदा पीछे बहुत ना जासी जी साहब जी आपा खर्चा पूरा ना कर सके। तेरे ते लानत ते मेरे ते लानत। ओ लानत दोनों पीछे रखे खर्चे सारे पूरे कर के वैसे मार गत नहीं मोड़। आज उन्हां दे माल वसूल करन दा टाइम आ गया। की मतलब तेरा? मतलब तेनू आपे दस लेंगे। मतलब की तेरा? ओ रेड़े ओ खलोवी ने रेड़े थोड़े जई। एक तो डाटी तो मैंने सोनी लगनी है जिला खुले वाल साथ ते भजनी है ना। ओए होए 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 ते मैंने वे दस इनिया मडिया तो खा खा ते आज दे ता ते तू मैंनू आई लव यू नहीं आ। आई लव यू नहीं आख्या? शौकी कौन है गत की बकवास कीती जांदा है गे? ए मेरा यार है जेंदी आपा मडिया खांदे रहे हां तेरे नाल नाल मैं भी चंगा रजदा रहे हां। हां हुन तुसी रजदे रहंदे मैंनू भी रजाओ। हां तानू हया आना चाहिदा, मैं एक शादीशुदा औरत हैगी हां। शौकी तेरे ते भरोसा करके तेरे नाल आई हैगी, मैं तो तेनू एक अच्छा दोस्त समझदी रही हां। तू आंदा नजायज फायदा चुकी हैगे ते कोई गल नहीं, उदू तलाक लै के इत्थे निकाह भीड़े खां। इस दुनिया च हर बंदा ही मतलब ही है, एवं कोई भी नहीं खवाइंदा। असि घर नूं ते कांड कीती रखी है, जखी फेरदी पई है। मेरी शहजादी है साडा सरदार तैनू कितना पैसा खवाया ए कदी तू सोचिया? अपनी बकवास बंद करो, मैं ते घरे जाना। ओ नहीं घरे नहीं जाना। बचाओ अल्लाह जाने सुगरी मोर किदे दफा हो गई। ओ उस्ताद जी हां तेरी सनानी नु बाला बख्श
ਗੁੰਦਣਾ ਤੇ ਸ਼ੌਕੀ ਜਾ ਕੇ ਲਾ ਕੇ ਆਏ ਉਹ ਚਾਹ ਕੇ ਲਾ ਕੇ ਹਾਂਜੀ ਓਏ ਅੰਮਾ ਅੰਮਾ ਉਹ ਗੱਲ ਹੋ ਗਈ ਜਿਹੜੀ ਨਹੀਂ ਹੋਣੀ ਚਾਹੀਦੀ ਆ ਕਿਹੜੀ ਆ ਵੇਖ ਲਾ ਕੀ ਆਂਦਾ ਪਿਆ ਕੀ ਹੋਇਆ ਵੇ ਇਹਦੀ ਸਵਾਣੀ ਨੂੰ ਮਾਲਾ ਬਾਗ ਤੇ ਗੁੰਦਣਾ ਜਾ ਕੇ ਲਾ ਗਏ ਓਏ ਉੱਤਰ ਪੱਟੀ ਓਏ ਮਾਰ ਗਿਆ ਸੀ ਅਸੀਂ ਇੱਕ ਮਿੰਟ ਇੱਕ ਮਿੰਟ ਹੁਣ ਗੁੱਸੇ ਨਾਲ ਨਹੀਂ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲੈਣਾ ਆ ਜਾ ਚੌਧਰੀ ਕੁੱਕੀ ਤੇ ਚਾਚੇ ਫਲਕ ਸ਼ੇਰ ਲੈ ਚਲੀਏ ਤਾਂ ਇਹ ਮਾਮਲਾ ਹੱਲ ਹੋਣਾ ਆ ਬਾਜਾ ਮਰ ਚਲੀ ਉਹਨਾਂ ਕੋਲੋ ਅੱਜ ਤੇ ਧੁੱਪ ਨਹੀਂ ਨਿਕਲੀ ਧੁੱਪ ਨਿਕਲ ਆਉਂਦੀ ਜੱਟੀ ਮੇਰੀ ਦੇ ਤੈਨੂੰ ਇੱਕ ਗੱਲ ਕਰੂੰਗਾ ਤੇ ਗੁੱਸਾ ਨਹੀਂ ਕਰਨਾ ਜੀ ਚਾਚਾ ਜੀ ਕਹੋ ਇਹ ਪਿੰਡ ਥਾਂ ਦਾ ਮਾਹੌਲ ਹੈ ਤੇ ਸਿਰ ਤੇ ਕਪੜਾ ਕੀਤਾ ਕਰ ਚਾਚਾ ਜੀ ਤੁਹਾਨੂੰ ਪਤਾ ਹੈਗਾ ਕਿ ਮੈਂ ਸ਼ਹਿਰ ਚੋਂ ਆਈ ਹੈਗੀਆਂ ਤੇ ਸ਼ਹਿਰ ਚ ਤਾਂ ਕੋਈ ਦੁਪੱਟੇ ਲੈਂਦੇ ਨਹੀਂ ਹੈਗੇ ਤੇ ਨਾਲੇ ਮੇਰੀ ਇਹ ਕੋਸ਼ਿਸ਼ ਹੈਗੀ ਹੈ ਕਿ ਮੈਂ ਪਿੰਡ ਨੂੰ ਵੀ ਸ਼ਹਿਰ ਚ ਬਦਲ ਦਿਆਂ ਫਲਕ ਸ਼ੇਰ ਇਹਦੇ ਨਾਲ ਸਿਰ ਖਪਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਆਦੇ ਬੰਦੇ ਦੇ ਅੱਖੇ ਨਹੀਂ ਲੱਗਦੀ ਆਪਣੇ ਅੱਖੇ ਕਿੱਥੋਂ ਲੱਗਸੀ ਕੁੱਕੀ ਹੈ ਤਾਂ ਤੇਰੀ ਨੂੰ ਪਰ ਇਹਦਾ ਇੱਕ ਨਾ ਇੱਕ ਦਿਨ ਰਿਜ਼ਲਟ ਪੁੱਠਾ ਨਿਕਲਣਾ ਹੈ ਫਲਕ ਸ਼ੇਰ ਉਹ ਮੈਂ ਇਹਦਾ ਪਿਆਵਾਂ ਬਜਾ ਹਾਂ ਮੈਨੂੰ ਆਖ ਆਖ ਤੇ ਥੱਕ ਗਿਆ ਹੁਣ ਮੈਨੂੰ ਆਖਣਾ ਹੀ ਛੱਡ ਦਿੱਤਾ ਚਾਚਾ ਜੀ ਤੁਹਾਡੇ ਤਾਂ ਦੋਵਾਂ ਦੇ ਨਾ ਕੋਈ ਪੁਰਾਣੇ ਖਿਆਲਾਤ ਹੀ ਗਏ ਨੇ ਉਹ ਚੰਗੇ ਹੈ ਜਿਹੜੇ ਪੁਰਾਣੇ ਖਿਆਲਾਤ ਠੀਕ ਹੈ ਮੀਆਂ ਆਦੀ ਮਰਜ਼ੀ ਕਰੋ ਆਪੇ ਹੀ ਮੁੜ ਓਏ ਚੌਧਰੀ ਕੁੱਕੀ ਓਏ ਚਾਚਾ ਫਲਕ ਸ਼ੇਰ ਓਏ ਅਸੀਂ ਲੁੱਟੇ ਗਏ ਅਸੀਂ ਬਰਬਾਦ ਹੋ ਗਏ ਕੀ ਹੋ ਗਿਆ ਖੈਰ ਓ ਮੇਰੀ ਸਵਾਣੀ ਨੂੰ ਮੌਲਾ ਬਸ ਕੇ ਬੂਤਣਾ ਤੇ ਸ਼ੌਕੀ ਅਗਵਾ ਕਰਕੇ ਲੈ ਗਏ ਨੀ ਓਏ ਹੋਏ ਹੋਏ ਇਹ ਤਾਂ ਬੜਾ ਬੁਰਾ ਹੋਇਆ ਇਹ ਤਾਂ ਸਾਰੇ ਪਿੰਡ ਦੀ ਬਦਨਾਮੀ ਓ ਕਿੱਧਰ ਨੂੰ ਲੈ ਕੇ ਗਏ ਇਹਨੂੰ ਪਤਾ ਕਿਦੇ ਲੈ ਕੇ ਗਏ ਇਸ ਵੇਖਿਆ ਦੱਸ ਐਦਾਂ ਲੈ ਕੇ ਗਏ ਜੀ ਤੇ ਫਿਰ ਗੱਲਾਂ ਕਰਨ ਦਾ ਟਾਈਮ ਨਹੀਂ ਜਲਦੀ ਨਾਲ ਚੱਲੋ ਚਲੋ ਆ ਜਾਓ ਪੈਸਾ ਪਾ ਬੈਂਕ ਬੈਲੈਂਸ ਤੇ ਤੁੰਨਾ ਚੜੀਆਂ ਪਈਆਂ ਨੇ ਇੱਥੇ ਐਸ਼ ਕਰਸੇ ਆਏ ਉੱਥੇ ਤੋਂ ਵਧੀਆ ਆਵਾਂ ਕਿਸ ਕਿਸ ਖਾਂਦੀ ਮੈਂ ਐਸ਼ ਤੇ ਥੁੱਕਣੀ ਹੈਗੀ ਮੈਨੂੰ ਪਹਿਲੇ ਪਤਾ ਹੁੰਦਾ ਨਾ ਤੁਸੀਂ ਇਹ ਬਗੈਰਤੀ ਕਰਨੀ ਤੇ ਮੈਂ ਕਦੀ ਵੀ ਐਸ ਝੁੰਬੜ ਦੇ ਮੂੰਹ ਵਾਲੇ ਨਾਲ ਨਾ ਜਾਂਦੀ ਤੂੰ ਪਾਗਲ ਤਾਂ ਨਹੀਂ ਹੋ ਗਈ ਇਹਦੇ ਕੋ ਇੰਨੀ ਜਾਇਦਾਦ ਉਸ ਕਾਲੀ ਸ਼ਕਲ ਵਾਲੇ ਤਾਂ ਭੁੱਲੀ ਬਣੀ ਹੈ ਚੁੱਪ ਕਰ ਮੈਂ ਸੁੱਕੀ ਬੂਤੀ ਵਾਲੇ ਆ ਕੇ ਉਹ ਇਹ ਮੌਕਾ ਹੀ ਨਿਕਾਹ ਤਾਰ ਲਾ ਸਾਰੀ ਜਾਇਦਾਦ ਤੇਰੀ ਹੋ ਜਾ ਸੀ ਸਾਰੀ ਜ਼ਿੰਦਗੀ ਸੁੱਖੀ ਰਵੀ ਹਾਂ ਐਸ਼ ਕਰੀ ਇਹ ਮੌਕੇ ਬਾਰ ਬਾਰ ਹੱਥੇ ਨਹੀਂ ਆਉਂਦੇ ਹੁੰਦੇ ਤੁਸੀਂ ਪਾਗਲ ਹੋ ਗਏ ਜੇ ਮੇਰਾ ਅੱਗੇ ਨਿਕਾਹ ਹੋਏ ਹੋਇਆ ਹੁਣ ਮੈਂ ਨਿਕਾਹ ਕਿਵੇਂ ਕਰ ਲਵਾਂ ਮੈਂ ਤਾਂ ਸਾਈਂ ਕੋਲ ਤਲਾਕ ਨਹੀਂ ਲੈਣੀ ਹੈਗੀ ਜੇ ਤੂੰ ਤਲਾਕ ਨਾ ਲਈ ਤਾਂ ਮੇਰਾ ਸਰਦਾਰ ਤੈਨੂੰ ਮਾਰ ਦੇਸੀ ਓ ਚਾਰ ਦੇ ਜ਼ਿੰਦਗੀ ਤੇ ਆ ਜਾ ਐਸ਼ ਕੋਟ ਲਾਏ ਉੱਥੇ ਜਦ ਕੀ ਕਰਸੇ ਤੂੰ ਇੱਥੇ ਵੇ ਖੁੱਲੇ ਮੌਲ ਲੈਨੀ ਮੈਂ ਕੁੱਤੀ ਵੀ ਨਹੀਂ ਹੋ ਜੀ ਐਸ਼ ਦੇ ਉੱਤੇ ਸਮਝ ਆਈ ਹੈਗੀ ਹੈ ਨਾ ਸਦਕੇ ਐਸ਼ ਤੇ ਥੁਕਦੀ ਨਹੀਂ ਆ ਹਾਂ ਹੁਣ ਥੁਕਦੀ ਨਹੀਂ ਉਸੇ ਜੇ ਸ਼ਾਪਿੰਗ ਕਰਿੰਦੀ ਆਈ ਨਾ ਜਿਹੜਾ 5000 ਤੋਂ ਘੱਟ ਸੂਟ ਹੁੰਦਾ ਉਹ ਲੈਂਦੀ ਨਹੀਂ ਆਈ ਚੁੱਪ ਕਰ ਲੋਵੇ ਕੋੜਕ ਜੇ ਆ ਕੇ ਆ ਤੇ ਸ਼ੌਂਕ ਤੂੰ ਕਪੜੇ ਜੁੱਤੀਆਂ ਲੈ ਕੇ ਦਿੰਦੇ ਰਹਿਣਾ ਮੈਨੂੰ ਕੀ ਪਤਾ ਤੁਹਾਡੇ ਦਿਲ ਚਾਹ ਬਈ ਮੰਨੀ ਹੈ ਮੈਨੂੰ ਇਸ ਗੱਲ ਦਾ ਪਤਾ ਹੁਣ ਤੁਹਾਡੀ ਗੰਦੀ ਨਹੀਂ ਆ ਤੇ ਅੱਗੇ ਤੇ ਮੈਂ ਤੁਹਾਡੇ ਨਾਲ ਕਦੀ ਵੀ ਨਾ ਜਾਂਦੀ ਤੁਹਾਡੇ ਕੱਪੜਿਆਂ ਦੇ ਉੱਤੇ ਜੁੱਤੀਆਂ ਜੁੱਤਾਂ ਲਾਹਣ ਦੇਣਾ ਪਾਉਂਦੀ ਅੱਛਾ ਤੇ ਮੈਨੂੰ ਇਹ ਦੱਸ ਜੇ ਸਾਡੇ ਪੈਸੇ ਖਾਂਦੀ ਰਹੀ ਆ ਨਾ ਉਹ ਸੱਟ ਇੱਥੇ ਹਾਂ ਸਹੀ ਆਂਦਾ ਪਿਆ ਉਹ ਤੇਰੇ ਪਿਓ ਦਾ ਮਾਲ ਨਹੀਂ ਜਿਹੜਾ ਮੁੱਛਦੀ ਰਹੀ ਆ ਜਾਂ ਜਾਂ ਕਰਕੇ ਚੁੱਪ ਕਰ ਪਿਓ ਵੇ ਖੁਸਰੇ ਨੇ ਮੂੰਹ ਵਾਲੇ ਆ ਕੇ ਮੈਨੂੰ ਤੁਸੀਂ ਮਾਲ ਨਹੀਂ ਖਵਾਂਦ ਰਹੇ ਨੇ ਮੈਨੂੰ ਛੋਕੇ ਖਵਾਂਦਾ ਰਹੇ ਗਏ ਹੁਣ ਕਹਿੰਦੇ ਰੋਲੇ ਗੱਤਾਂ ਦੀ ਲੋੜ ਕਾਈ ਨਹੀਂ ਵਰਕ ਪਿਆਰ ਮੁਹੱਬਤ ਤਾਂ ਕਰ ਲਏ ਹੁਣ ਤੂੰ ਸਾਡੇ ਜਾਲ ਲਈ ਫਸ ਚੁੱਕੀ ਹੁਣ ਨਹੀਂ ਨਿਕਲ ਸਕਦੀ ਉਹ ਖਲੇ ਕਿਵੇਂ ਪਰ ਬਾਈ ਤੇ ਡੰਗਾ ਚਾ ਰਿਹਾ ਗਾ ਓਏ ਮਾਜ ਨਹੀਂ ਇਹ ਛੂਏ ਰਜੇ ਨੂੰ ਡੰਗਾ ਮਾਰੀਏ ਤੈਨੂੰ ਖੁਦਾ ਦਾ ਨਾਂ ਨੇ ਮੈਨੂੰ ਜਾਵਣ ਦਿਓ ਮੇਰੇ ਕੋ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਚੁੱਪ ਕਰ ਏ ਹੁਣ ਤੈਨੂੰ ਖੁਦਾ ਯਾਦ ਆਇਆ ਖਲਾ ਉਹ ਚਲ ਨਹੀਂ ਖੁਦਾ ਯਾਦ ਆਇਆ ਯਾ ਜੇ ਸਲਮਾਲ ਖਾਂਦੀ ਰਹੀ ਆ ਪਰ ਆ ਪੈਸੇ ਖਾਣੇ ਬੜੇ ਸੌਖੇ ਹੁੰਦੇ ਨੇ ਤੂੰ ਤੂੰ ਬਾਬਾ ਇਹ ਛਰੀ ਹੋਈ ਆ ਕੇ ਬਸ ਇੱਥੇ ਹੀ ਰੁਕਦਾ ਸੁਗਰੀਏ ਓਏ ਬਦਮਾਸ਼ ਓ ਜ਼ਲੀਲੋ ਓਏ ਅਸੀਂ ਹੁਣ ਤੱਕ ਤੁਹਾਡੀ ਇੱਜ਼ਤ ਕਰਦੇ ਰਹੇ ਆ ਵੀ ਸਾਡੇ ਪਿੰਡ ਦੇ ਬੰਦੇ ਲੇਕਿਨ ਤੁਸੀਂ ਇੰਨਾ ਬੁਰਾ ਕੰਮ ਕਰੋਗੇ ਅਸੀਂ ਸੋਚਿਆ ਹੀ ਕਦੀ ਨਹੀਂ ਆ ਅਸੀਂ ਕੋ ਬੁਰਾ ਸ਼ੁਰਾ ਕੰਮ ਕੋਈ ਨਹੀਂ ਕੀਤਾ ਸਤੇ ਦੇ ਵੈਸੇ ਦੋਸਤ ਆ ਤੇ ਵੈਸੇ ਗੱਲਾਂ ਕੀਤੀ ਜਾਂਦੇ ਆ ਹਾਂਜੀ ਓ ਸ਼ਾਦੀਸ਼ੁਦਾ ਹੈ ਤੁਸੀਂ ਦੋਸਤ ਕਿਵੇਂ ਬਣ ਗਏ ਨੇ ਤੁਹਾਨੂੰ ਸ਼ਰਮ ਆਣੀ ਚਾਹੀਦੀ
मेरे सिर ते दुपट्टा अज तक मैं कीता ही कोई नहीं ते किसी ने ना मेनू चक्या ते ना किसी ने मेनू छेड़िया। ओ तू किसे कोल चमदी नहीं है, तू बाहर ही है। मैं सारे ते देवांगा परचा, इन्हें फड़ ले जावन नहीं। बच गए नी जी, चाचा फलक शेरा बच गया कुत्ते कमीने, डरा छड़ा इतना ही बड़ा है। उन्होंने बच ही जाना सी। आ वेख मेरी धी, आ मोबाइल है ना, ते इहदे उपर आ कवर हैगा ते ए महफूज हैगा, जदों इहदे उत्तों कवर ला देवांगे ये गैर महफूज हो जाएगा। इसे तरह जिहड़ी लड़की दे सिर ते दुपट्टा हुंदा वो महफूज हुंदी, जिहदे सिर ते दुपट्टा लै जांदा वो गैर महफूज हो जाती। चाचा फलक शेरा तेरी ये गल आई तो बाद मैं पल्ले बांध लिया, आई तो बाद मैं सिर तो चुन्नी ना लासा। चाचा मेनू भी माफ कर दियो, मेरी ये गंदी सोच ने इत्थों तक नौबत लै आंदी है, जे ना मैं गंदा सोचदी ते ना इहो जिहा काम हुंदा। तू तो सारे पिंड नू शहर दे विच बदलण दे चक्कर च आए, तू तो सारे पिंड नू गोल करूंगा। प्रारम जी मेनू माफ कर दे, हुण जिस तरह तुसी कहोगे मैं उस तरह ही करांगी। ਹੁਣ ਕਾਕੀ ਤੂੰ ਹੱਥ ਨਾ ਜੋੜ ਜੜ ਤੂੰ ਕਹਿੰਦੇ ਕਰਨਾ ਸਾਨੂੰ ਤੂੰ ਘਰ ਚੜਿਆ, ਹੁਣ ਤੇਰਾ ਇੱਥੇ ਲਾਉਣ ਦਾ ਕੋਈ ਫਾਇਦਾ ਨਹੀਂ। ਅੰਮਾ ਸ਼ਾਮ ਦਾ ਭੁੱਲਿਆ ਵਾਪਸ ਆ ਜਾਵੇ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ। ਕੋਈ ਗੱਲ ਨਹੀਂ ਸਾਬਰਾ, ਹੁਣ ਵੀ ਉਹਨਾਂ ਨੂੰ ਅਕਲ ਆ ਗਿਆ ਤੇ ਬੜੀ ਗੱਲ ਹੈ। ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣ ਕੇ ਲਈ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ।